ਤੇ ਵੋਟ ਪਾਉਣ ਜਾਓਗੇ ਤਾਂ ਮਸ਼ੀਨ ਤੇ ਡਾਕਟਰ ਪਰਮਜੀਤ ਰਾਮ ਦਾ ਸੀਰੀਅਲ ਨੰਬਰ ਹੈ ਤੇ ਜਦੋਂ ਤੁਸੀਂ ਬਟਨ ਦਬਾਓਗੇ ਤਾਂ ਵੋਟ ਜਾਏਗੀ ਸਿੱਧੀ ਡਾਕਟਰ ਪਰਮਜੀਤ ਰਾਮ ਨੂੰ। ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਡਾਕਟਰ ਪਰਮਜੀਤ ਸਿੰਘ ਰਾਣੂ ਚੋਣ ਪ੍ਰਚਾਰ ਦੇ ਆਖਰੀ ਗੇੜ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰਦੇ ਹੋਏ ਡਾਕਟਰ ਪਰਮਜੀਤ ਸਿੰਘ ਰਾਣੂ ਖਰੜ ਦੀ ਮਾਰਕੀਟ ਦੇ ਵਿੱਚ ਵਪਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਵੋਟ ਪਾਉਣ ਲਈ ਕਹਿੰਦੇ ਹੋਏ ਅਤੇ ਇਸ ਮੌਕੇ ਵਪਾਰੀਆਂ ਨੇ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦਾ ਸਾਥ ਦੇਣਗੇ। ਨਾ ਆਪ, ਨਾ ਅਕਾਲੀ, ਨਾ ਕਾਂਗਰਸ, ਨਾ ਟਕਸਾਲੀ, ਡਾਕਟਰ ਪਰਮਜੀਤ ਸਿੰਘ ਰਾਣੂ ਆਜ਼ਾਦ ਕਰੇਗਾ ਤੁਹਾਡੇ ਹੱਕਾਂ ਦੀ ਰਖਵਾਲੀ। ਬਟਨ ਨੰਬਰ 23 ਚੋਣ ਨਿਸ਼ਾਨ ਸਟੈਥੋਸਕੋਪ। ਡਾਕਟਰ ਪਰਮਜੀਤ ਰਾਣੂ ਆਜ਼ਾਦ ਉਮੀਦਵਾਰ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸੀਟ 'ਤੇ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਦਿੱਤੀ ਜਾ ਰਹੀ ਹੈ ਸਿੱਧੀ ਟੱਕਰ। ਰਵਾਇਤੀ ਪਾਰਟੀਆਂ ਕਰ ਰਹੀਆਂ ਨੇ ਪਹਾੜੇ ਦੇ ਰੋਡ ਸ਼ੋਅ, ਪਰ ਡਾਕਟਰ ਰਾਣੂ ਆਮ ਗਰੀਬਾਂ ਦਾ ਕਰ ਰਿਹਾ ਹੈ ਰੋਡ ਸ਼ੋਅ 'ਤੇ ਜਾ ਕੇ ਡਾਕਟਰੀ ਇਲਾਜ। ਲੇਬਰ ਕਲਾਸ ਵਰਕਰਾਂ ਕੋਲ ਕੋਈ ਰਵਾਇਤੀ ਲੀਡਰ ਨਹੀਂ ਪਹੁੰਚਿਆ ਅਤੇ ਮਜ਼ਦੂਰ ਵਰਗ ਨੇ ਡਾਕਟਰ ਰਾਣੂ ਨੂੰ ਕਬੂਲਿਆ।